ਹਾਂਜੀ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਰ, ਜਿਹੜੀ ਤੁਸੀਂ ਅੱਜ ਮੀਟਿੰਗ ਕਰੀ ਹੈ ਇਹ ਕਿਸ ਮੁੱਦੇ ਨੂੰ ਲੈ ਕੇ ਕਰੀ ਹੈ? ਜੀ ਸਰ, ਅਸੀਂ ਮੀਟਿੰਗ ਇਸ ਵਾਸਤੇ ਕਰੀ ਹੈ ਵੀ ਲਹਿਰਾ ਗਾਗਾ ਦੇ ਵਿੱਚ ਇੱਕ ਪਿੰਡ ਹੈ, ਉਹ ਪਿੰਡ ਦੇ ਵਿੱਚ ਭਗਵਾਨ ਵਾਲਮੀਕਿ ਮਹਾਰਾਜ ਦੇ ਸਮਾਜ ਦੇ ਬੰਦਿਆਂ ਦੇ ਨਾਲ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਉਹ ਬੰਦੇ ਨੂੰ ਲਿਆ ਕੇ ਚਾਰਾਂ ਗੁਰਦੇਵ ਜੀ ਨੂੰ ਉਹ ਘਰ ਤੋਂ ਬੁਲਾ ਕੇ ਕੁਝ ਸ਼ਰਾਰਤੀ ਲੋਕਾਂ ਨੇ ਉਹਦੀ ਬਹੁਤ ਹੀ ਬੇਹਰਾਮੀ ਨਾਲ ਮਾਰ ਕੁਟਾਈ ਕੀਤੀ ਅਤੇ ਉਹ ਪਲਾਸ ਦੇ ਨਾਲ ਉਹਦਾ ਮਾਸ ਨੋਚਿਆ ਗਿਆ। ਮਾਸ ਨੋਚਣ ਤੋਂ ਬਾਅਦ ਉਹ ਬੰਦੇ ਦੀ ਜਿਹੜੀ ਲੱਤਾਂ ਸਾਰੀਆਂ ਬੇਹਰਾਮ ਹੋ ਗਈਆਂ, ਫਿਰ ਉਹਨੂੰ ਲਹਿਰਾ ਗਾਗਾ ਹਸਪਤਾਲ 'ਚ ਲੈ ਕੇ ਗਏ, ਉਹਨਾਂ ਨੇ ਜਵਾਬ ਦਿੱਤਾ, ਫਿਰ ਪਟਿਆਲੇ ਰਜਿੰਦਰਾ 'ਚ ਲੈ ਕੇ ਰਜਿੰਦਰਾ ਵਾਲਿਆਂ ਨੂੰ ਜਵਾਬ ਦਿੱਤਾ। ਸਰ, ਕਾਰਨ ਦੱਸ ਸਕਦੇ ਹੋ ਵੀ ਕੀ ਕਾਰਨ ਕਰਕੇ ਉਹਨਾਂ? ਕਾਰਨ ਤੁਹਾਨੂੰ ਪਤਾ ਹੀ ਹੈ, ਮਨੁਵਾਦ ਦੀ ਸੋਚ ਹੈ, ਅੱਜ ਕਿਹੜਾ ਇਹ ਗੁੰਡਾ ਰਾਜ ਹੋਣ ਲੱਗਿਆ ਜਿਸ ਨੂੰ ਮਹਾਰਾਜਾ ਪਟਿਆਲਾ ਨੇ ਉਹ ਗੈਂਗਸਟਰ ਜਿਹੜੇ ਮਾਰੇ ਪਿੱਛੇ ਵੀ ਹੁਣ ਵੀ ਮਾਰ ਰਹੇ ਆ, ਜਿਹਨਾਂ ਨੂੰ ਪਕੜ ਕੇ ਅੰਦਰ ਵੀ ਕੀਤਾ, ਇਹ ਉਹਨਾਂ ਦੇ ਵਿੱਚ ਪੌਦ ਹੈ, ਇਹ ਪੌਦ ਨੇ ਇਹੀ ਇਸ ਤਰ੍ਹਾਂ ਦੇ ਕੰਮ ਕੀਤਾ। ਸਰ, ਜ਼ਿਆਦਾ ਮੇਨ ਕਸੂਰਵਾਰ ਤੁਸੀਂ ਕਿਸ ਨੂੰ ਠਹਿਰਾਉਂਦੇ ਹੋ ਜੋ ਵੀ ਵਾਲਮੀਕਿ ਸਮਾਜ ਦੇ ਉਹ ਵਿੱਚ ਕਸੂਰਵਾਰ ਹੈ ਨਾ, ਉਹ ਪੁਲਿਸ ਨੇ ਪਕੜ ਕੇ ਅੰਦਰ ਕਰ ਦਿੱਤੇ ਆ, ਉਹਨਾਂ ਦੀ ਜਿਹੜੀ ਆ 4 ਦਿਨ ਦਾ ਰਿਮਾਂਡ ਵੀ ਲੈ ਲਿਆ ਅੱਜ, ਉਹ ਬਹੁਤ ਪ੍ਰਸ਼ੰਸਾਯੋਗ ਕੰਮ ਜਿਹੜਾ ਪੁਲਿਸ ਨੇ ਕੀਤਾ ਸੰਗਰੂਰ ਦੀ ਨੇ, ਉਹ ਸ਼ਲਾਘਾਯੋਗ ਦੇ ਵਿੱਚ ਅਸੀਂ ਸਰਕਾਰ ਦੀ ਵੀ ਕਹਿੰਦੇ ਹਾਂ, ਅਸੀਂ ਅੱਜ ਸਾਡੇ ਕੋਲ ਉਹਨਾਂ ਨੇ ਮੰਗ ਵੀ ਕੀਤੀ ਹੈ ਵੀ ਸਾਨੂੰ ਇਹਦਾ ਇਨਸਾਫ ਮਿਲਣਾ ਚਾਹੀਦਾ। ਸੋ ਅਸੀਂ ਸਰਕਾਰ ਦੇ ਕੋਲ ਐਜ਼ ਏ ਸਫਾਈ ਕਰਮਚਾਰੀ ਕਮਿਸ਼ਨ ਪੰਜਾਬ ਦੇ ਹੋਣ ਦੇ ਨਾਤੇ ਜਿਹੜੇ ਸਾਡੇ ਗਰੀਬ ਲੋਕ ਹੈ, ਅਸੀਂ ਉਹਨਾਂ ਦੇ ਬਾਰੇ ਸਰਕਾਰ ਤੋਂ ਮੰਗ ਕਰ ਰਹੇ ਹਾਂ ਕਿ ਇੱਕ ਤਾਂ ਉਹਨਾਂ ਨੂੰ ਮਾਲੀ ਸਹਾਇਤਾ ਦਿੱਤੀ ਜਾਵੇ, ਦੂਸਰੀ ਉਹਨਾਂ ਦੇ ਪਰਿਵਾਰ ਨੂੰ ਕੋਈ ਸਰਕਾਰੀ ਨੌਕਰੀ ਦੇ ਕੇ ਉਹਨਾਂ ਦੇ ਘਰ ਦਾ ਪੂਰਨ ਨਿਵਾਸ। ਸਰ, ਅਕਸਰ ਸੁਣਨ 'ਚ ਆਉਂਦਾ ਹੈ ਕਿ ਪਿੰਡਾਂ ਵਿੱਚ ਲਗਾ ਲਓ ਜਾਂ ਹਜੇ ਵੀ ਕਈ ਪਿੰਡ ਸ਼ਹਿਰ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਵਿੱਚ ਮਤਲਬ ਜਿਹੜੇ SC ਨੇ ਵਾਲਮੀਕਿ ਭਾਈਚਾਰੇ ਦੇ ਲੋਕ ਨੇ ਉਹਨਾਂ ਨਾਲ ਇਸ ਤਰ੍ਹਾਂ ਦੇ ਹਾਸੇ ਵਾਪਰਦੇ ਰਹਿੰਦੇ, ਤੁਹਾਨੂੰ ਨਹੀਂ ਲੱਗਦਾ ਕਿ ਸਰਕਾਰ ਨੂੰ ਕੋਈ ਸਖਤ ਕਾਨੂੰਨ ਬਣਾਉਣਾ ਚਾਹੀਦਾ ਹੈ ਜਿਹੜਾ ਇਸ ਤਰ੍ਹਾਂ ਦਾ ਕੋਈ ਸਟੈਪ ਕੋਈ ਚੱਕ ਹੀ ਨਾ ਸਕੇ? ਸਰਕਾਰ ਨੇ ਬਹੁਤ ਸਾਰੇ ਸਖਤ ਕਾਨੂੰਨ ਬਣਾਏ ਹੈ, ਇਹ ਸਾਰੀ ਜਿਹੜੀ ਪਿਛਲੇ ਅੱਜ ਦੀ ਜਿਹੜੀ ਮੌਜੂਦਾ ਸਰਕਾਰ ਹੈ ਸੈਂਟਰ ਦੇ ਵਿੱਚ, ਜਿਹੜੀ ਸਰਕਾਰ ਨੇ ਸਾਡੇ ਪ੍ਰਤੀ ਪਿਛਲੇ 2 ਅਪ੍ਰੈਲ ਨੂੰ ਸਾਡੇ ਖਿਲਾਫ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਬਣਾਇਆ ਸੀਗਾ ਰੂਲ, ਉਹਨੂੰ ਭੰਗ ਕਰਕੇ ਹੁਣ ਦੁਬਾਰਾ ਸਰਕਾਰ ਨੇ ਉਹ ਬਣਾਇਆ, ਸਾਨੂੰ ਇਨਸਾਫ ਮਿਲਿਆ ਸੁਪਰੀਮ ਕੋਰਟ ਤੋਂ, ਅੱਜ ਉਹ ਦੁਬਾਰਾ ਸਾਨੂੰ ਇਨਸਾਫ ਮਿਲਣ ਦੇ ਨਾਲ ਸਾਡੇ ਜਿਹੜੇ ਹੌਸਲੇ ਬੁਲੰਦ ਹੋਏ ਆ। ਇਹ ਸਰਕਾਰ ਜਿਹੜੀ ਸੈਂਟਰ ਦੀ ਹੈ ਇਹ ਮਾਰੂ ਨੀਤੀਆਂ ਨਾਲ ਚੱਲ ਰਹੀ ਹੈ, ਹੁਣ ਤੁਸੀਂ ਦੇਖ ਰਹੇ ਹੋ ਅੱਜ ਹਸਪਤਾਲ ਦੇ ਵਿੱਚ ਰਾਜਪੁਰਾ ਦੇ ਵਿੱਚ ਬੜਾ ਗੁੰਡਾ ਨਾਚ, ਇੱਕ ਬਹੁਤ ਹੀ ਘਰੋਣੀ ਹਰਕਤ ਨਾਲ ਜਿਹੜਾ ਸਾਬਕਾ MLA ਕਨੌਰ ਦਾ ਉਹਨੇ ਕੀਤਾ, ਇਸੇ ਤਰ੍ਹਾਂ ਇਹ ਜਿਹੜੇ ਪਿੱਛੇ ਲੋਕ ਹੈ ਇਹ ਵੀ ਅਕਾਲੀ ਸੋਚ ਦੇ ਲੋਕ ਹੈ, ਇਹ ਅਕਾਲੀਆਂ ਦੀ ਜਿਹੜੀ ਸੋਚ ਹੈ BJP ਦੀ। ਸਰ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਜੋ ਵੀ ਹਾਸੇ ਹੁੰਦੇ ਜੋ ਵੀ ਹੁੰਦਾ ਇਹ ਪਾਰਟੀਬਾਜ਼ੀ ਕਰਕੇ ਹੁੰਦੇ ਨੇ? ਸਾਰੇ ਪਾਰਟੀਬਾਜ਼ੀ ਦੇ ਹੀ ਪਿੱਛੇ ਹੁੰਦੇ ਆ, ਪਾਰਟੀ ਦੇ ਨਾਲ ਜਿਹੜਾ ਚੱਲਦਾ ਕਿਸੇ ਨਾਲ ਉਹ ਦੂਜੀ ਪਾਰਟੀ ਇਹ ਸੋਚਦੀ ਹੈ ਵੀ ਦਲਿਤਾਂ ਨੂੰ ਮਾਰੋ ਕੁੱਟੋ ਕੁਚਲੋ ਕੁਛ ਲੱਗੇ ਨੂੰ ਆਪਣੇ ਨਾਲ ਲਾਓ, ਪਰ ਜਿਹੜੇ ਦਲਿਤ ਮਜ਼ਬੂਤ ਹੁੰਦੇ ਉਹ ਨਾਲ ਨਹੀਂ ਲੱਗਦੇ, ਉਹ ਆਪਣੇ ਸਟੈਂਡ 'ਤੇ ਖੜ੍ਹਦੇ ਆ। ਅੱਜ ਅਸੀਂ ਉਹ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਵੀ ਤੁਸੀਂ ਇਕੱਠੇ ਹੋ ਕੇ ਆਪਣੇ ਆਪ ਦੀ ਜ਼ਿੰਦਗੀ ਨੂੰ ਬਣਾਉਣ ਦੇ ਲਈ ਆਪਣੇ ਪਰਿਵਾਰਾਂ ਦੀ ਸੋਚ ਨੂੰ ਅੱਗੇ ਲਿਜਾਣ ਦੇ ਲਈ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਬੈਠੋ ਤਾਂ ਜੋ ਤੁਹਾਨੂੰ ਕੋਈ ਵੀ ਬੰਦਾ ਹੱਥ ਪਾਉਣ ਤੋਂ ਪਹਿਲਾਂ ਸੋਚੇ ਸਮਝੇ, ਕਿੱਥੇ ਇਹ ਨਾ ਹੋਵੇ ਵੀ ਇਹ ਦਲਿਤ ਸਾਡੇ ਮਗਰ ਪੈ ਜਾਣ। ਅੱਜ ਤੁਸੀਂ ਦੇਖ ਰਹੇ ਹੋ ਲਹਿਰਾ ਗਾਗਾ ਦੇ ਸਮੁੱਚੇ ਦਲਿਤ ਭਾਈਚਾਰਾ ਲੋਕ ਇਕੱਠੇ ਹੋ ਕੇ ਜਿਹੜੇ ਲੋਕਾਂ ਨੂੰ ਗ੍ਰਿਫਤਾਰ ਕੀਤਾ, ਬੜੀ ਤਾਕਤ ਹੈ ਪਿੱਛੇ ਦਲਿਤ ਭਾਈਚਾਰੇ, ਜਿਸ ਕਰਕੇ ਉਹਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਫਟਾਫਟ ਕਰਕੇ ਉਹਨੂੰ ਅੰਦਰ ਤਾਂ ਇਨਸਾਫ ਦੇ ਦਿੱਤਾ। ਅੱਜ ਅਸੀਂ ਇਸ ਕਰਕੇ ਇਕੱਠੇ ਹੋਏ ਸੀ ਕਿ ਲਹਿਰਾ ਗਾਗਾ ਪਲੱਸ ਲਵ ਕੁਸ਼ ਵਿਜੇ ਦਿਵਸ ਸਰਹੰਦ ਨੂੰ ਅਸੀਂ 17 ਤਰੀਕ ਨੂੰ ਮਨਾ ਰਹੇ ਹਾਂ, ਜਿਹਦੇ ਵਿੱਚ ਮਾਨਯੋਗ BJ ਚੋਪੜਾ ਜੀ, ਡਾਕਟਰ ਅਮਰ ਸਿੰਘ ਜੀ MP ਸਾਹਿਬ,
ਕੁਲਜੀਤ ਨਾਗਰਾ ਜੀ ਕੈਬਨਿਟ ਰੈਂਕ ਦੇ ਮੰਤਰੀ ਹੈ ਜਿਹੜੇ, ਉਹ ਸਾਰੇ ਇਕੱਠੇ ਹੋ ਕੇ ਨਵੀਂ ਇਮਾਰਤ ਭਗਵਾਨ ਵਾਲਮੀਕਿ ਜੀ ਮਹਾਰਾਜ ਦੀ ਉਸਾਰਨ ਦਾ ਨੀਂਹ ਪੱਥਰ ਰੱਖ ਰਹੇ ਹਾਂ ਅਤੇ ਲਵਕੁਸ਼ ਵਿਜੇ ਦਿਵਸ ਮਨਾ ਰਹੇ ਹਾਂ। ਜਿਹੜਾ ਕਿ ਲਵਕੁਸ਼ ਵਿਜੇ ਦਿਵਸ ਉਹ ਦਿਨ ਹੈ ਜਦੋਂ ਲਵ ਅਤੇ ਕੁਸ਼ ਨੇ ਰਾਮ ਚੰਦਰ ਦੇ ਉੱਤੇ ਵਿਜੇ ਪ੍ਰਾਪਤ ਕੀਤੀ ਸੀ। ਇਸ ਕਰਕੇ ਅਸੀਂ ਇਹ ਕੁਸ਼ ਦੇ ਤਿਉਹਾਰ ਨੂੰ ਮਨਾਉਣ ਦੇ ਲਈ ਸਮੁੱਚੇ ਦਲਿਤ ਭਾਈਚਾਰੇ ਨੂੰ ਬੇਨਤੀ ਕਰਦੇ ਹਾਂ ਵੀ ਹੁਣ ਤਾਂ ਜਾਗੋ, ਨਸ਼ੇ ਤਿਆਗੋ, ਪੈਸੇ ਬਚਾਓ, ਬੱਚੇ ਪੜ੍ਹਾਓ, ਇਹ ਸਾਰੇ ਕ੍ਰਮ ਦੇ ਵਿੱਚ ਆਪਾਂ ਬਦਲੀਏ। ਬਾਬਾ ਸਾਹਿਬ ਅੰਬੇਦਕਰ ਦੇ ਮਿਸ਼ਨ ਨੂੰ ਅੱਗੇ ਲੈ ਕੇ ਜਾਣ ਦੀ ਪੁਰਜੋ ਕੋਸ਼ਿਸ਼ ਕਰੀਏ ਤਾਂ ਜੋ ਬਾਬਾ ਸਾਹਿਬ ਦੇ ਮਿਸ਼ਨ ਦੇ ਨਾਲ ਹੀ ਅਸੀਂ ਅੱਗੇ ਸੁਰੱਖਿਅਤ ਰਹਿ ਸਕਦੇ ਹਾਂ। ਇਹੀ ਬੇਨਤੀ ਹੈ ਵੀ ਆਪਾਂ ਸਾਰੇ ਇਕੱਠੇ ਹੋ ਕੇ ਲਵਕੁਸ਼ ਵਿਜੇ ਦਿਵਸ ਮਨਾਈਏ ਅਤੇ ਆਪਣੇ ਸਮਾਜ ਨੂੰ ਅੱਗੇ ਲਿਜਾਣ ਦੀ ਪੂਰੀਆਂ ਕੋਸ਼ਿਸ਼ਾਂ ਕਰੀਏ। ਜੈ ਵਾਲਮੀਕਿ, ਹਰ ਹਰ ਵਾਲਮੀਕਿ। We'll be right back.